ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਇਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਹੁਤ ਹੀ ਸੋਹਣਾ ਬਣਦਾ। ਇਹ 21 ਕੁੰਡਿਆਂ ਦਾ ਡਿਜ਼ਾਇਨ ਆ। ਇਹ ਆਪਾਂ ਇਸ ਤਰ੍ਹਾਂ ਦੋ ਡੱਬੀਆਂ ਵੀ ਬਣਾ ਸਕਦੇ ਹਾਂ ਸਾਈਡ 'ਤੇ, ਅਤੇ ਆਪਾਂ ਇੱਕ ਡੱਬੀ ਨਾਲ ਵੀ ਤਿਆਰ ਕੀਤਾ। ਦੋਵੇਂ ਡਿਜ਼ਾਇਨ ਆਪਾਂ ਇੱਕੇ ਵਾਰ ਆਪਾਂ ਇਹ ਡਿਜ਼ਾਇਨ 'ਤੇ ਆਪਾਂ ਇਹ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹਾਂ, ਜਿਸ ਤਰ੍ਹਾਂ ਆਪਾਂ ਜੈਂਟ ਸਵੈਟਰ, ਲੇਡੀਜ਼ ਕੋਟੀ, ਜੈਕਟਾਂ 'ਤੇ, ਬੱਚਿਆਂ ਦੇ ਕੁੜਤਿਆਂ 'ਤੇ ਵੀ ਪਾ ਸਕਦੇ ਹਾਂ। ਇਹ ਡਿਜ਼ਾਇਨ ਬਹੁਤ ਸੋਹਣਾ ਲੱਗਦਾ ਵਾ। ਇਹ ਡਿਜ਼ਾਇਨ ਮੈਂ ਆਪ ਤਿਆਰ ਕੀਤਾ ਵਾ। ਇਹ ਡਿਜ਼ਾਇਨ ਬਣਾ ਕੇ ਬਹੁਤ ਸੌਖਾ ਅਤੇ ਬਹੁਤ ਸੋਹਣਾ ਵਾ। ਇੱਕ ਕੁੰਡਾ ਆਪਾਂ ਐਕਸਟਰਾ ਰੱਖਿਆ ਸੀ, ਹੁਣ ਆਪਾਂ ਅੱਗੇ ਨੂੰ ਧਾਗਾ ਲਿਆ ਕੇ ਦੋ ਕੁੰਡੇ ਆਪਾਂ ਜਿਹੜੇ ਆ ਉਹ ਪੁੱਠੇ ਬਣਾਵਾਂਗੇ। ਹੁਣ ਆਪਾਂ ਇਸ ਤਰ੍ਹਾਂ ਇਹ ਆਪਾਂ ਡੱਬੀ ਬਣਾਵਾਂਗੇ। ਅਗਲਾ ਕੁੰਡਾ ਆਪਾਂ ਪਿੱਛੇ ਲੈ ਆਉਣਾ ਅਤੇ ਪਿਛਲਾ ਕੁੰਡਾ ਆਪਾਂ ਇੱਧਰ ਲੈ ਆਉਣਾ। ਇਹ ਆਪਾਂ ਛੋਟੀ ਜਿਹੀ ਕੇਬਲ ਬਣਾਵਾਂਗੇ। ਫਿਰ ਇਸ ਤਰ੍ਹਾਂ ਅਗਲਾ ਕੁੰਡਾ ਆਪਾਂ ਇੱਧਰ ਪਿੱਛੇ ਲੈ ਜਾਣਾ ਅਤੇ ਪਿਛਲਾ ਕੁੰਡਾ ਆਪਾਂ ਅੱਗੇ ਲੈ ਆਉਣਾ। ਡਿਜ਼ਾਇਨ ਬਣਾਉਣ ਵਿੱਚ ਬਹੁਤ ਸੌਖਾ ਅਤੇ ਬਹੁਤ ਸੋਹਣਾ। ਇਸ ਤਰ੍ਹਾਂ ਅੱਗੇ ਵੀ ਆਪਾਂ ਇਸ ਤਰ੍ਹਾਂ ਇਹ ਆਪਾਂ ਪਹਿਲਾਂ ਦੋ ਕੇਬਲਾਂ ਬਣਾਈਆਂ ਵਾ ਅਤੇ ਅਗਲੇ ਪਾਸੇ ਆਪਾਂ ਇੱਕ ਬਣਾਈ। ਇਹ ਆਪਾਂ ਦੋਵਾਂ ਨੇ ਡਿਜ਼ਾਇਨ ਤਿਆਰ ਕਰਕੇ ਵੇਖਿਆ ਵਾ, ਜਿਹਦੇ ਨਾਲ ਸੋਹਣਾ ਲੱਗੇਗਾ ਉਹੀ ਡਿਜ਼ਾਇਨ ਆਪਾਂ ਬਣਾ ਸਕਦੇ ਹਾਂ ਇਸ ਤਰ੍ਹਾਂ। ਹੁਣ ਇਹ ਆਪਣੀ ਦੋ ਡੱਬੀਆਂ ਇਸ ਤਰ੍ਹਾਂ ਦੀਆਂ ਬਣੀਆਂ। ਹੁਣ ਆਪਾਂ ਦੋ ਗੁੰਡੇ ਆਪਾਂ ਪੁੱਠੇ ਬਣਾ ਲਏ। ਹੁਣ ਆਪਾਂ ਇੱਧਰ ਨੂੰ ਅੱਗੇ ਨੂੰ ਧਾਗਾ ਰੱਖ ਕੇ ਇਸ ਤਰ੍ਹਾਂ ਆਪਾਂ ਇੱਕ ਜਾਲੀ ਬਣਾਵਾਂਗੇ, ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਫਿਰ ਆਪਾਂ ਇੱਧਰੋਂ ਇਸ ਤਰ੍ਹਾਂ ਇੱਕ ਜਾਲੀ, ਇੱਧਰੋਂ ਪਿੱਛੇ ਨੂੰ ਵੀ ਧਾਗਾ ਰੱਖ ਕੇ ਇੱਕ ਜਾਲੀ ਬਣਾਵਾਂਗੇ। ਦੋ ਕੁੰਡੇ ਆਪਾਂ ਪੁੱਠੇ ਬਣਾ ਲਏ। ਫਿਰ ਆਪਾਂ ਇਸ ਤਰ੍ਹਾਂ ਜਿਸ ਤਰ੍ਹਾਂ ਉੱਧਰ ਡੱਬੀ ਬਣਾਈ ਸੀ ਇਹ ਆਪਾਂ ਇੱਕ ਬਣਾ ਕੇ ਵੇਖੀ ਆ। ਜੇ ਆਪਣਾ ਡਿਜ਼ਾਇਨ ਇਸ ਤਰ੍ਹਾਂ ਇੱਕ ਨਾ ਜਚਦਾ ਤਾਂ ਇੱਕ ਵੀ ਆਪਾਂ ਪਾ ਸਕਦੇ ਹਾਂ ਇਸ ਤਰ੍ਹਾਂ। ਹੁਣ ਆਪਾਂ ਦੋ ਕੁੰਡੇ ਆਪਾਂ ਪੁੱਠੇ ਬਣਾ ਲਏ। ਹੁਣ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ। ਇਹ ਆਪਣਾ ਵਿੱਚ ਇੱਕੀ ਕੁੰਡਿਆਂ ਦਾ ਡਿਜ਼ਾਇਨ ਆਪਾਂ ਤਿਆਰ ਕੀਤਾ ਵਾ ਅਤੇ ਦੋ ਕੁੰਡੇ ਆਪਾਂ ਐਕਸਟਰਾ ਬਣਾਏ ਆ। ਹੁਣ ਬੈਕ ਵਾਲੀ ਸਾਈਡ ਆ ਗਏ। ਇੱਕ ਕੁੰਡਾ ਆਪਾਂ ਸਿੱਧਾ ਬਣਾਇਆ ਇਸ ਤਰ੍ਹਾਂ। ਚਾਰ ਕੁੰਡੇ ਆਪਾਂ ਪੁੱਠੇ ਬਣਾਏ। ਫਿਰ ਆਪਾਂ ਦੋ ਕੁੰਡੇ ਸਿੱਧੇ। ਫਿਰ ਤਿੰਨ ਕੁੰਡੇ ਆਪਾਂ ਪੁੱਠੇ ਬਣਾਏ ਜਿਹੜੇ ਆਪਾਂ ਡੱਬੀ ਬਣਾਉਣ ਡਏ ਹਾਂ। ਫਿਰ ਦੋ ਕੁੰਡੇ ਸਿੱਧੇ। ਹੁਣ ਆਪਾਂ ਅੱਠ ਕੁੰਡੇ ਆਪਾਂ ਪੁੱਠੇ ਬਣਾਏ ਇੱਧਰ। ਹੁਣ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲਿਆ, ਭਾਵੇਂ ਉਸ ਤਰ੍ਹਾਂ ਉਤਾਰ ਲਓ ਫਿਰ ਭਾਵੇਂ ਉਣ ਲਓ। ਇਸ ਤਰ੍ਹਾਂ ਆਪਾਂ ਦੋ ਕੁੰਡੇ ਪੁੱਠੇ। ਹੁਣ ਆਪਾਂ ਜਿਹੜਾ ਕੁੰਡਾ ਪਹਿਲਾਂ ਪਿਛਲਾ ਕੁੰਡਾ ਵਾ ਉਹਨੂੰ ਆਪਾਂ ਇੱਧਰ ਨੂੰ ਅੱਗੇ ਲੈ ਆਉਣਾ ਅਤੇ ਪਿਛਲੇ ਕੁੰਡੇ ਨੂੰ ਆਪਾਂ ਪਹਿਲਾਂ ਉਣ ਲੈਣਾ। ਅੱਗੇ ਦੂਸਰੀ ਤਰ੍ਹਾਂ ਬਣਾਇਆ ਸੀ, ਹੁਣ ਆਪਾਂ ਇਸ ਤਰ੍ਹਾਂ ਡਿਜ਼ਾਇਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਵਾ। ਅਗਲੇ ਕੁੰਡੇ ਨੂੰ ਆਪਾਂ ਇੱਧਰ ਪਹਿਲਾਂ ਲੈ ਆਉਂਦਾ ਅਤੇ ਅਗਲੇ ਕੁੰਡੇ ਨੂੰ ਪਿੱਛੇ ਲੈ ਗਏ।
ਅਗਲੇ ਕੁੰਡੇ ਨੂੰ ਪਿੱਛੇ ਲੈ ਗਏ ਅਤੇ ਪਿਛਲੇ ਨੂੰ ਆਪਾਂ ਅੱਗੇ ਲੈ ਆਉਂਦਾ। ਇਹ ਆਪਣੀ ਇਸ ਤਰ੍ਹਾਂ ਦੀ ਡੱਬੀ ਤਿਆਰ ਹੋ ਗਈ। ਇਹ ਆਪਾਂ ਇਕੱਲੀਆਂ ਵੀ ਕਿਸੇ ਡਿਜ਼ਾਈਨ 'ਤੇ ਬਣਾ ਸਕਦੇ ਹਾਂ ਡੱਬੀਆਂ। ਫਿਰ ਦੋ ਕੁੰਡੇ ਪੁੱਠੇ, ਹੁਣ ਫਿਰ ਆਪਾਂ ਜਾਲੀ ਬਣਾਵਾਂਗੇ। ਇੱਥੇ ਇੱਕ ਦੋ ਤਿੰਨ, ਤਿੰਨ ਕੁੰਡੇ ਵਿੱਚ ਬਣਾ ਲਏ। ਫਿਰ ਆਪਾਂ ਇਸ ਤਰ੍ਹਾਂ ਫਿਰ ਇੱਕ ਜਾਲੀ ਇੱਥੇ ਬਣਾਵਾਂਗੇ, ਦੋ ਕੁੰਡੇ ਵਿੱਚ ਪੁੱਠੇ ਬਣਾਵਾਂਗੇ। ਹੁਣ ਇਸ ਤਰ੍ਹਾਂ ਫਿਰ ਆਪਾਂ ਜਿਸ ਤਰ੍ਹਾਂ ਪਹਿਲਾਂ ਬਣਾਈ ਸੀ ਡੱਬੀ, ਇਸ ਤਰ੍ਹਾਂ ਅਗਲੇ ਕੁੰਡੇ ਨੂੰ ਪਿੱਛੇ ਲੈ ਗਏ ਅਤੇ ਪਿਛਲੇ ਨੂੰ ਆਪਾਂ ਅੱਗੇ ਲੈ ਕੇ ਉਣ ਲਿਆ। ਬੈਕ ਸਿਲਾਈ ਆਪਣੀ ਉਸ ਤਰ੍ਹਾਂ ਹੀ ਰਿਪੀਟ ਹੋਣੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਈ ਸੀ। ਹੁਣ ਇਸ ਤਰ੍ਹਾਂ ਆਪਾਂ ਫਿਰ ਇੱਕ ਕੁੰਡਾ ਉਤਾਰ ਲਿਆ, ਫਿਰ ਦੋ ਕੁੰਡੇ ਪੁੱਠੇ ਬਣਾ ਲਏ। ਫਿਰ ਉਸ ਤਰ੍ਹਾਂ ਹੀ ਆਪਾਂ ਜਿਵੇਂ ਪਹਿਲਾਂ ਡੱਬੀ ਬਣਾਈ ਸੀ, ਪਿਛਲੇ ਕੁੰਡੇ ਨੂੰ ਆਪਾਂ ਅੱਗੇ ਲੈ ਆਉਣਾ ਅਤੇ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ। ਫਿਰ ਅਗਲੇ ਕੁੰਡੇ ਨੂੰ ਆਪਾਂ ਪਿੱਛੇ ਲੈ ਗਏ ਅਤੇ ਪਿਛਲੇ ਨੂੰ ਆਪਾਂ ਪਹਿਲਾਂ ਬੁਣ ਲੈਣਾ। ਪਿਛਲੇ ਕੁੰਡੇ ਨੂੰ ਆਪਾਂ ਪਹਿਲਾਂ ਬੁਣ ਲਿਆ ਅਤੇ ਅਗਲੇ ਕੁੰਡੇ ਨੂੰ ਆਪਾਂ ਬਾਅਦ 'ਚ ਬੁਣਨਾ। ਇਸ ਤਰ੍ਹਾਂ ਹੀ ਆ ਫਿਰ ਦੋ ਕੁੰਡੇ ਆਪਣੇ ਪੁੱਠੇ ਬਣਾ ਲਏ। ਫਿਰ ਆਪਾਂ ਇੱਥੇ ਜਾਲੀ ਪਾਵਾਂਗੇ। ਦੋ ਕੁੰਡੇ ਪੁੱਠੇ ਨਾਲ ਆਪਾਂ ਇੱਕ ਜਾਲੀ ਪਾਈ। ਵੇਖੋ ਇਸ ਤਰ੍ਹਾਂ ਹੀ ਡੱਬੀ ਬਣ ਕੇ ਤਿਆਰ ਹੋਏਗੀ। ਫਿਰ ਆਪਾਂ ਇਸ ਤਰ੍ਹਾਂ ਹੀ ਪਿਛਲੇ ਕੁੰਡੇ ਨੂੰ ਪਹਿਲਾਂ ਬੁਣ ਲੈਣਾ, ਅਗਲੇ ਕੁੰਡੇ ਨੂੰ ਬਾਅਦ 'ਚ। ਬੈਕ ਸਿਲਾਈ ਆਪਾਂ ਉਸ ਤਰ੍ਹਾਂ ਹੀ ਬਣਾਉਣੀ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਈ ਸੀ। ਇਸ ਤਰ੍ਹਾਂ ਆਪਾਂ ਫਿਰ ਅੱਗੇ ਵਾਂਗੂ ਦੋ ਕੁੰਡੇ ਪੁੱਠੇ, ਫਿਰ ਅਗਲੇ ਕੁੰਡੇ ਨੂੰ ਆਪਾਂ ਇੱਧਰ ਪਿੱਛੇ ਲੈ ਜਾਣਾ, ਪਿਛਲੇ ਕੁੰਡੇ ਨੂੰ ਆਪਾਂ ਅੱਗੇ ਲੈ ਆਉਣਾ। ਇਹ ਡੱਬੀ ਇੱਕ ਤਰ੍ਹਾਂ ਬੰਦ ਹੁੰਦੀ, ਇੱਕ ਤਰ੍ਹਾਂ ਖੁੱਲ੍ਹਦੀ ਹੈ। ਪਿਛਲੇ ਕੁੰਡੇ ਨੂੰ ਪਹਿਲਾਂ ਆਉਣ ਲੈਣਾ, ਆਪਾਂ ਇਸ ਤਰ੍ਹਾਂ ਆਪਾਂ ਡੱਬੀ ਨੂੰ ਅੰਦਰ ਬੰਦ ਕਰਤਾ। ਹੁਣ ਆਪਾਂ ਇਹਨਾਂ ਜਿਹੜੇ ਆਪਾਂ ਤਿੰਨ ਕੁੰਡੇ ਵਧਾਏ ਸੀਗੇ, ਡੱਬੀ ਬਣਾਈ ਸੀ ਇਸ ਤਰ੍ਹਾਂ ਆਪਾਂ, ਹੁਣ ਇਹਨੂੰ ਆਪਾਂ ਸਿੱਧਾ ਕਰਕੇ ਕੁੰਡੇ ਨੂੰ, ਇਹ ਆਪਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਜਿੱਥੇ ਆਪਾਂ ਜਾਲੀ ਬਣਾਉਂਦੇ ਸੀਗੇ। ਹੁਣ ਇਹ ਆਪਾਂ ਇਹ ਕੁੰਡੇ ਘਟਾਉਣੇ ਸ਼ੁਰੂ ਕਰ ਦੇਣੇ ਆ, ਜਿਹਦੇ ਨਾਲ ਆਪਣੀ ਡੱਬੀ ਸੋਹਣੀ ਬੜੀ ਤਿਆਰ ਹੋ ਜਾਏਗੀ। ਆ ਵੀ ਇਸ ਤਰ੍ਹਾਂ ਆਪਾਂ
ਇਹ ਆਪਾਂ ਬੈਕ ਸਾਈਡ ਤੋਂ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਦੋ ਕੁੰਡੇ ਆਪਾਂ ਪੁੱਠੇ ਬਣਾ ਲਏ। ਫਿਰ ਆਪਾਂ ਇਹ ਡੱਬੀ ਬਣਾਵਾਂਗੇ, ਇਹਨੂੰ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਅਤੇ ਪਿਛਲੇ ਨੂੰ ਆਪਾਂ ਅੱਗੇ ਲੈ ਆਉਣਾ। ਦੋ ਕੁੰਡੇ ਆਪਣੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਇਨ ਜਿਹੜਾ ਵਾ ਆਪਾਂ ਇਸ ਤਰ੍ਹਾਂ ਬਣਾਉਣਾ ਵਾ। ਇਹ ਆਪਾਂ ਪਹਿਲਾਂ ਜਾਲੀ ਬਣਾਈ, ਫਿਰ ਆਪਾਂ ਇੱਕ ਕੁੰਡੇ ਨੂੰ ਕਰਕੇ ਕੱਟ ਆਪਣਾ ਡਿਜ਼ਾਇਨ ਜਿਹੜਾ ਇਹ ਆਪਣਾ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਏਗਾ। ਇਹ ਆਪਾਂ ਇਸ ਤਰ੍ਹਾਂ ਡਿਜ਼ਾਇਨ ਆਹ ਡੱਬੀ ਇਸ ਤਰ੍ਹਾਂ ਵਾਰ ਵਾਰ ਬਦਲਣੀ ਹੈ। ਇਹ ਡੱਬੀ ਆਪਾਂ ਤਿੰਨ ਜਾਲੀਆਂ ਬਣਾ ਕੇ ਫਿਰ ਆਪਾਂ ਕੁੰਡਿਆਂ ਨੂੰ ਘਟਾਈ ਜਾਣਾ ਵਾ ਅਤੇ ਫਿਰ ਆਪਣਾ ਇੱਕ ਕੁੰਡਾ ਰਹਿ ਜਾਣਾ ਵਾ। ਇਹ ਬਹੁਤ ਸੋਹਣੀ ਬਣ ਕੇ ਡੱਬੀ ਵੇਖੋ ਤਿਆਰ ਹੁੰਦੀ ਹੈ।